ਤੋਂ ਵੱਡੀ ਤੇ ਜਿਹੜੀ ਮਾੜੀ ਗੱਲ ਇਹ ਹੋਈ ਹੈ, ਦੁਖਦਾਈ ਹੋਈ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਹੋਣ ਜਾਂ ਦੂਜੇ ਜਥੇਦਾਰ ਸਾਹਿਬਾਨ ਹੋਣ, ਉਹਨਾਂ ਨੂੰ ਧਮਕੀਆਂ ਦੇਣਾ ਕਿਸੇ ਸਿੱਖ ਦਾ ਫਰਜ਼ੀ ਨਹੀਂ ਬਣਦਾ। ਕਿਉਂਕਿ ਸਿੱਖ ਨੇ ਡਿਸਿਪਲਿਨ 'ਚ ਰਹਿਣਾ, ਸਿੱਖ ਨੇ ਉੱਥੋਂ ਦੇ ਆਦੇਸ਼ ਨੂੰ ਮੰਨਣਾ, ਤੇ ਜੋ ਆਦੇਸ਼ ਦਿੱਤੇ ਜਾਂਦੇ ਆ ਉਦੋਂ ਹੀ ਕੋਈ ਸਜ਼ਾ ਦਿੱਤੀ ਜਾਂਦੀ ਹੈ ਜਦੋਂ ਕੋਈ ਸਿੱਖ ਗਲਤੀ ਕਰੇ। ਉਹਨਾਂ ਨੇ ਅਵੱਗਿਆ ਕੀਤੀ, ਉਹਨਾਂ ਨੇ ਧਮਕੀਆਂ ਦਿੱਤੀਆਂ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਦਾ ਫੈਸਲਾ ਹੋਇਆ, ਉਸ ਤੋਂ ਬਾਅਦ ਵੀ ਜੇ ਇੱਕ ਸਿੰਘ ਸਾਹਿਬ ਨੂੰ ਕੋਈ ਆ ਕੇ ਧਮਕੀਆਂ ਦੇਵੇ ਤੇ ਮੈਂ ਸਮਝਦੀ ਹਾਂ ਕਿ ਇਹ ਵੱਡਾ ਅਪਮਾਨ ਹੋਇਆ। ਤਾਂ ਹੀ ਅੱਜ ਕੌਮ ਨੇ ਫੈਸਲਾ ਕਰਕੇ ਬਿਲਕੁਲ ਦੁਨੀਆ ਵਿੱਚ ਦੱਸ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਮਹਾਨ ਹੈ, ਪੰਜ ਪ੍ਰਧਾਨੀ ਪ੍ਰਣਾਲੀ ਨੇ ਜੋ ਫੈਸਲਾ ਲਿਆ ਉਹੀ ਮੰਨਿਆ ਜਾ। ਮੈਂ ਕਿਸੇ ਵਿਸਾਸੇ ਬਲਟੋਏ ਦਾ ਜਵਾਬ ਨਹੀਂ ਦੇਣਾ। ਮੈਂ ਤਾਂ ਇੱਕ ਗੱਲ ਕਰਾਂਗੀ, ਜਿਹੜਾ ਵੀ ਗਲਤੀ ਕਰੇਗਾ ਸਿੱਖ ਭਾਵੇਂ ਕਿਸੇ ਪਾਰਟੀ 'ਚ ਹੋਵੇਗਾ, ਜਿਹੜਾ ਵੱਗਿਆ ਕਰੇਗਾ, ਜਿਹੜਾ ਉੱਥੇ ਤੁਹੀਨ ਕਰੇਗਾ, ਜਿਹੜਾ ਅਪਮਾਨ ਕਰੇਗਾ, ਜਿਹੜੇ ਸਿਧਾਂਤਾਂ ਨੂੰ ਤੋੜੇਗਾ, ਜਿਹੜਾ ਮਰਿਆਦਾ ਨੂੰ ਤੋੜੇਗਾ, ਉਹਨੂੰ ਕਦੀ ਬਖਸ਼ਿਆ ਨਹੀਂ। ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਸਾਡਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲੇ, ਵਾਰਡ ਬਣ ਕੇ ਕੰਮ ਕਰੋ, ਜੋ ਤੁਹਾਡੀ ਡਿਊਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਤੇ ਸਾਡਾ ਪੂਰਾ ਸਹਿਯੋਗ ਦਿਓ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨੀ, ਜਿਹੜੀ ਇਹ 'ਚ ਸਾਥੀਆਂ ਨੂੰ ਨਾਲ ਲੈ ਕੇ ਮੈਂਬਰਾਂ ਨੂੰ ਪ੍ਰੇਰ ਕੇ ਤੇ ਇਹਦੀ ਕਾਮਯਾਬੀ ਵਾਸਤੇ ਬੋਲਣਾ ਕੀ ਕਹਿੰਦਾ ਮੁੱਦੇ ਤੇ ਸ਼੍ਰੋਮਣੀ ਕਮੇਟੀ ਦੇ ਹੋਣੇ। ਮੈਂ ਕਰੀਆਂ ਇੱਥੇ ਜਿਹੜੇ ਪੁਲ ਬਣਾਉਣੇ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਜਿਹੜੀ ਉੱਥੇ ਐਜੂਕੇਸ਼ਨਲ ਕੰਮ ਨੇ, ਜਿਹੜੇ ਹੈਲਥ ਦੇ ਕੰਮ ਨੇ, ਜਿਹੜੇ ਧਰਮ ਪ੍ਰਚਾਰ ਦੇ ਕੰਮ ਹੈ, ਜਿਹੜੇ ਉੱਥੇ ਜਿਹੜੀ ਸਲਾਵਾਂ ਦੇ ਕੰਮ ਨੇ, ਇਹੀ ਕੰਮ ਦੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਦੇ ਤੌਰ ਦੇ ਉੱਤੇ ਉਹਨਾਂ ਦੀ ਹੋਂਦ ਪੈ। ਮੈਂ ਇਹ ਦੇਖਦੀ ਹਾਂ ਕਿ ਮੈਂ ਦੇਖੋ ਕੋਈ ਨਵੀਂ ਚੋਣ ਨਹੀਂ ਲੜਨ ਲੱਗੀ, ਪਹਿਲਾਂ ਵੀ ਮੈਨੂੰ ਬੜੀਆਂ ਜ਼ਿੰਮੇਵਾਰੀਆਂ ਮਿਲੀਆਂ ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਪੰਥ ਦੀਆਂ ਭਾਵਨਾਵਾਂ ਨੂੰ ਪੂਰਾ ਕਰੇ। ਕੋਈ ਗੱਲ ਨਹੀਂ ਜੀ, ਕੋਈ ਮੁਕਾਬਲੇ ਤੇ ਹੁੰਦੇ ਹੀ ਹੈ, ਪਰ ਮੈਨੂੰ ਆਸ ਹੀ ਨਹੀਂ, ਪੂਰਾ ਵਿਸ਼ਵਾਸ ਹੈ ਕਿ ਬਹੁਮਤ ਮੈਂਬਰ ਜਿਹੜੇ ਹੈ ਉਹ ਸਹਿਮਤ ਹੋਣਗੇ। ਪਹਿਲਾਂ ਹੀ ਵਿਚਾਰ ਲਏ ਆ ਜੀ, ਇਹ ਪਹਿਲਾਂ ਹੀ ਵਿਚਾਰ ਚੁੱਕੇ ਔਰ ਫੈਸਲਾ ਹੋ ਚੁੱਕਾ ਹੈ।